ਪੰਜਾਬ ਦੇ ਸ਼ਹਿਰ ਜਲੰਧਰ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਉੱਪਲ ਭੁੱਪਾ ਦੇ ਇੱਕ ਘਰ ਦੀ ਛੱਤ 'ਤੇ ਬਣੇ ਏਅਰ ਇੰਡੀਆ ਦੇ ਇਸ ਜਹਾਜ਼ ਨੂੰ ਦੇਖੋ। ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਦੂਰੋਂ ਹੀ ਨਜ਼ਰ ਆਉਣ ਵਾਲਾ ਇਹ ਜਹਾਜ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਲੋਕ ਦੂਰੋਂ ਦੂਰੋਂ ਇਸ ਜਹਾਜ਼ ਨੂੰ ਦੇਖਣ ਆਉਂਦੇ ਹਨ। ਦੇਖਣ ਵਿੱਚ ਬਿਲਕੁਲ ਅਸਲੀ ਨਜ਼ਰ ਆਉਣ ਵਾਲਾ ਇਹ ਜਹਾਜ਼ ਪਹਿਲੀ ਨਜ਼ਰੇ ਦੇਖਿਆ ਇੰਝ ਜਾਪਦਾ ਹੈ ਕਿ ਗਲਤੀ ਨਾਲ ਇਸ ਘਰ ਦੀ ਛੱਤ 'ਤੇ ਉਤਰ ਗਿਆ ਹੈ, ਪਰ ਅਜਿਹਾ ਨਹੀਂ ਹੈ। ਇਹ ਕੋਈ ਅਸਲੀ ਜਹਾਜ਼ ਨਹੀਂ, ਸਗੋਂ ਇੱਟਾਂ ਅਤੇ ਸੀਮਟ ਨਾਲ ਬਣਾਇਆ ਗਿਆ ਕਾਰੀਗਰੀ ਦਾ ਨਾਯਾਬ ਨਮੂਨਾ ਹੈ। ਇਸ ਪਿੰਡ ਦੇ ਰਹਿਣ ਵਾਲੇ NRI ਸੰਤੋਖ ਸਿੰਘ ਵੱਲੋਂ ਇਹ ਵਿਸ਼ਾਲ ਜਹਾਜ਼ ਬਣਵਾਇਆ ਗਿਆ ਹੈ। ਸੰਤੋਖ ਸਿੰਘ ਲੰਡਨ ਵਿੱਚ ਇੱਕ ਹੋਟਲ ਚਲਾਉਂਦੇ ਹਨ। ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਜਹਾਜ਼ 'ਚ ਸਫ਼ਰ ਕੀਤਾ ਤਾਂ ਸੋਚਿਆ ਕਿ ਕਾਸ਼ ਅਜਿਹਾ ਹੀ ਇੱਕ ਜਹਾਜ਼ ਉਹ ਆਪਣੇ ਘਰ 'ਤੇ ਬਣਾਉਣ। ਫਿਰ ਕੀ ਸੀ, ਪਿੰਡ ਆ ਕੇ ਆਪਣਾ ਸੁਪਨਾ ਪੂਰਾ ਕਰਨ ਲਈ ਬਣਵਾ ਦਿੱਤਾ ਆਪਣੇ ਘਰ ਦੀ ਛੱਤ 'ਤੇ ਜਹਾਜ਼। ਇਸ ਜਹਾਜ਼ ਨੂੰ ਬਣਾਉਣ ਵਿੱਚ ਲਗਭਗ 20 ਲੱਖ ਰੁਪਏ ਦਾ ਖਰਚਾ ਆਇਆ, ਪਰ ਸ਼ੌਂਕ ਤਾਂ ਸ਼ੌਂਕ ਹੈ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ। ਅੱਜ ਇਸ ਜਹਾਜ਼ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। ਸੰਤੋਖ ਸਿੰਘ ਦੀ ਨੂਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਸ ਜਹਾਜ਼ ਵਿੱਚ 2 ਬੈੱਡਰੂਮ, 2 ਬਾਥਰੂਮ, ਇੱਕ ਵੱਡਾ ਹਾਲ ਅਤੇ ਬਿਲਕੁਲ ਅਸਲੀ ਜਹਾਜ਼ ਵਿੱਚ ਲੱਗਣ ਵਾਲੀਆਂ ਸੀਟਾਂ ਲਾਈਆਂ ਗਈਆਂ ਹਨ। ਇਸ ਜਹਾਜ਼ ਨੂੰ ਬਣਾਉਣ ਵਿੱਚ ਤਕਰੀਬਨ 2 ਸਾਲ ਦਾ ਸਮਾਂ ਲੱਗਾ। ਜਹਾਜ਼ ਨੂੰ ਦੇਖਣ ਆਉਣ ਵਾਲੇ ਲੋਕ ਵੀ ਇਸ ਦੀ ਬਹੁਤ ਤਾਰੀਫ ਕਰਦੇ ਹਨ। ਹੁਣ ਤਾਂ ਉਹਨਾਂ ਦੇ ਪਿੰਡ ਦਾ ਨਾਂ ਹੀ ਉੱਪਰ ਭੁੱਪਾ ਦੀ ਥਾਂ ਜਹਾਜ਼ ਵਾਲੇ ਉਪਲਾਂ ਵਜੋਂ ਮਸ਼ਹੂਰ ਹੋ ਗਿਆ ਹੈ। ਮੇਰਾ ਨਾਮ ਹਰਪ੍ਰੀਤ ਕੌਰ ਆ ਅਤੇ ਇਹ ਮੇਰੇ ਫਾਦਰ ਇਨ ਲਾਅ ਆ ਸਹੁਰਾ ਸਾਹਿਬ ਸੰਤੋਖ ਸਿੰਘ ਜੀ, ਉਹਨਾਂ ਨੇ ਬਣਾਇਆ ਇਹ ਜਹਾਜ਼। ਉਹਨਾਂ ਨੂੰ ਸੀਗੀ ਖੁਆਇਸ਼ ਇੱਕ ਨਵੀਂ ਚੀਜ਼ ਬਣਾਉਣ ਦੀ, ਅਤੇ ਜਿੱਦਾਂ ਉਹਨਾਂ ਦੇ ਦਿਮਾਗ 'ਚ ਸੀਗਾ ਵੀ ਅਸੀਂ ਕੁਛ ਅਲੱਗ ਬਣਾਉਣਾ ਆ, ਅਤੇ ਉਹਨੇ ਜਿੱਦਾਂ ਮਿਹਨਤ ਕਰਕੇ ਹੌਲੀ ਹੌਲੀ ਜਿੱਦਾਂ ਇਹ ਬਣਾਇਆ ਆਪਣੇ ਸ਼ੌਂਕ। ਇਹ ਜਹਾਜ਼ ਦੇ ਵਿੱਚ ਹੈਗੇ ਆ 2 ਬੈੱਡਰੂਮ, ਹਾਲ ਅਤੇ 2 ਵਾਸ਼ਰੂਮ, ਜਿੱਦਾਂ ਆਮ ਏਅਰ ਇੰਡੀਆ 'ਚ ਜੋ ਵੀ ਹੁੰਦਾ ਆ ਉਹ ਸਭ ਕੁਛ ਹੀ ਇਹਦੇ ਵਿੱਚ ਯੂਜ਼ ਕਰਦੇ ਆ। ਹਾਂਜੀ, ਯੂਜ਼ ਕਰਦੇ ਹਾਂ ਸ਼ੌਂਕ ਤੌਰ 'ਤੇ ਲੋਕ, ਅਸੀਂ ਵੀ ਕਦੇ ਕਦੇ ਵਿੱਚ ਬਹਿੰਦੇ ਹਾਂ ਸਾਰੀ ਫੈਮਿਲੀ ਜਦੋਂ ਇਕੱਠੇ ਆਉਂਦੇ ਆ ਭਾਜੀ ਹੁਣੀ ਬਾਹਰੋਂ, ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਦੇਖਣ। ਅਲੱਗ ਚੀਜ਼ ਨੂੰ ਤਾਂ ਹਰ ਕੋਈ ਦੇਖਣ ਆਉਂਦਾ ਹੀ ਆਉਂਦਾ। ਸੰਤੋਖ ਸਿੰਘ ਦੀ ਪੋਤੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਜਹਾਜ਼ 'ਚ ਬੈਠਣ 'ਤੇ ਬਿਲਕੁਲ ਅਸਲੀ ਜਹਾਜ਼ ਵਾਂਗ ਮਹਿਸੂਸ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਜਹਾਜ਼ ਨੂੰ ਦੇਖ ਕੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਵੀ ਇਸ ਤਰ੍ਹਾਂ ਦਾ ਜਹਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇੰਨਾ ਵੱਡਾ ਅਤੇ ਅਸਲੀ ਨਜ਼ਰ ਆਉਣ ਵਾਲਾ ਜਹਾਜ਼ ਕੋਈ ਨਹੀਂ ਬਣਾ ਸਕਿਆ। ਮੇਰਾ ਨਾਮ ਰਾਜਵਿੰਦਰ ਆ ਅਤੇ ਇਹ ਜਹਾਜ਼ ਮੇਰੇ ਦਾਦਾ ਜੀ ਨੇ ਬਣਾਇਆ ਆ, ਅਤੇ ਇਹ ਉਹਨਾਂ ਨੇ ਉਹਨਾਂ ਨੂੰ ਸ਼ੌਂਕ ਸੀ ਤਾਂ ਉਹਨਾਂ ਨੇ ਬਣਾਇਆ। ਇਸ ਦੇ ਅੰਦਰ ਇੱਦਾਂ ਹੀ ਲੱਗਦਾ ਜਿੱਦਾਂ ਸਾਨੂੰ ਆਪਾਂ ਅਸਲੀ ਜਹਾਜ਼ ਦੇ ਵਿੱਚ ਇੱਦਾਂ ਦੀ ਫੀਲਿੰਗ ਆਉਂਦੀ ਹੈ ਇਹਦੇ ਵਿੱਚ ਬੈਠ ਕੇ। ਅਤੇ ਇਸ ਦੇ ਦੋਨੋਂ ਸਾਈਡਸ 'ਤੇ ਵਾਸ਼ਰੂਮ ਆ, ਅਤੇ ਫਿਰ ਉਹਨਾਂ ਦੇ ਨਾਲ ਰੂਮਸ ਅਟੈਚ ਵਾਸ਼ਰੂਮ, ਅਤੇ ਫਿਰ ਹਾਲ ਆਉਂਦਾ। ਹਾਲ ਦੇ ਵਿੱਚ ਸੀਟਸ ਲੱਗੀਆਂ ਜਿੱਦਾਂ ਆਪਣੇ ਜਿੱਦਾਂ ਆਪਾਂ ਅਸਲੀ ਏਅਰ ਇੰਡੀਆ 'ਚ ਬਹਿੰਦੇ ਹਾਂ ਉੱਦਾਂ ਦੇ ਹੀ ਉਹਦੇ ਵਿੱਚ ਸੀਟਸ ਲੱਗੀਆਂ ਆ। ਅਤੇ ਜਦੋਂ ਲੋਕ ਆਉਂਦੇ ਆ ਉਹ ਸਾਨੂੰ ਕਹਿੰਦੇ ਆ ਕਿ ਤੁਹਾਡੇ ਦਾਦਾ ਜੀ ਨੇ ਬਹੁਤ ਵਧੀਆ ਕੰਮ ਕੀਤਾ। ਲੋਕ ਇਹਦੀ ਕਾਪੀ ਵੀ ਕਰਦੇ ਆ, ਪਰ ਕਿਸੇ ਤੋਂ ਇੱਦਾਂ ਦੀ ਕਾਪੀ ਨਹੀਂ ਹੁੰਦੀ ਹੈਗੀ। ਬਣਿਆ ਵੀ ਸੀ ਇੱਕ, ਪਰ ਉਹ ਬਹੁਤ ਛੋਟਾ ਸੀਗਾ। ਅਤੇ ਇੱਦਾਂ ਦਾ ਜਹਾਜ਼ ਹਜੇ ਤੱਕ ਪੰਜਾਬ 'ਚ ਨਹੀਂ। ਕਿੱਦਾਂ ਫੀਲ ਹੁੰਦਾ ਜਦੋਂ ਲੋਕੀ ਤਾਰੀਫ ਕਰਦੇ ਆ? ਵਧੀਆ ਹੀ ਹੁੰਦਾ ਕਿ ਸਾਡੇ ਦਾਦਾ ਜੀ ਨੇ ਇੰਨੀ ਵਧੀਆ ਚੀਜ਼ ਬਣਾਈ ਹੈ। ਇਸ ਪਿੰਡ ਵਿੱਚ ਖਾਸ ਤੌਰ 'ਤੇ NRIs ਦੀਆਂ ਕੋਠੀਆਂ ਵਿੱਚ ਛੱਤਾਂ 'ਤੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ ਹਨ। ਇੱਕ NRI ਨੇ ਆਪਣੇ ਘਰ ਦੇ ਉੱਪਰ ਸਮੁੰਦਰੀ ਜਹਾਜ਼ ਬਣਾਇਆ ਹੈ, ਕਿਉਂਕਿ ਉਸਨੇ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਸਮੁੰਦਰੀ ਜਹਾਜ਼ ਰਾਹੀਂ ਕੀਤੀ ਸੀ। ਕੋਈ ਗੁਲਾਬ ਦਾ ਫੁੱਲ ਬਣਾ ਕੇ ਖੁਸ਼ਹਾਲੀ ਦਾ ਸੰਕੇਤ ਦਿੰਦਾ ਹੈ, ਤਾਂ ਕੋਈ ਕਮਲ ਦਾ ਫੁੱਲ ਬਣਾ ਕੇ ਆਪਣੀ ਵੱਖਰੀ ਪਛਾਣ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਘੋੜਾ ਬਣਾ ਕੇ ਰੋਬਦਾਰ ਪਰਿਵਾਰ ਹੋਣ ਦਾ ਸੰਦੇਸ਼ ਦਿੰਦਾ ਹੈ, ਅਤੇ ਕੋਈ ਸ਼ੇਰ ਬਣਾ ਕੇ ਆਪਣੀ ਬਹਾਦਰੀ ਜ਼ਾਹਰ ਕਰਦਾ ਹੈ, ਤਾਂ ਕੋਈ ਬਾਜ਼ ਬਣਾ ਕੇ ਆਪਣੀ ਪਛਾਣ ਦਮਦਾਰ ਢੰਗ ਨਾਲ ਪੇਸ਼ ਕਰਦਾ ਹੈ। ਇੱਕ ਪਰਿਵਾਰ ਨੇ ਆਪਣੇ ਘਰ ਦੀ ਛੱਤ 'ਤੇ ਇੱਕ ਦਰਖਤ ਅਤੇ 2 ਛਤਰੀਆਂ ਬਣਾਈਆਂ ਹਨ। ਇਸ ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ 'ਚ ਗਏ ਆਪਣੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਉਹਨਾਂ ਨੇ ਇਸ ਨੂੰ ਬਣਵਾਇਆ ਹੈ। ਅਸੀਂ ਜਿੱਦਾਂ ਵੀ ਇਹ ਪੇਂਟ ਬਣਾਇਆ,
ਬਾਕੀ ਅਸੀਂ ਦੋ ਛਤਰੀਆਂ ਜਿੱਦਾਂ ਬਣਾਈਆਂ ਵੀ ਕੁਛ ਨਾ ਕੁਛ ਇੱਦਾਂ ਵਿੱਚ ਬਣਦਾ ਸੀ ਕਿ ਚਲੋ ਅਸੀਂ ਵੀ ਬਣਾਈਆਂ ਹੈ ਨਾ ਵੀ ਸੋਹਣਾ ਲੱਗਦਾ ਹੈ ਦੇਖਣ ਨੂੰ। ਇਸ ਪਿੰਡ ਦੇ ਰਹਿਣ ਵਾਲੇ ਇੱਕ NRI ਨੇ ਆਪਣੇ ਘਰ ਦੀ ਛੱਤ 'ਤੇ ਕੰਗਾਰੂ ਦੀ ਮੂਰਤੀ ਬਣਾਈ ਹੈ। ਦੂਰੋਂ ਹੀ ਦੇਖ ਕੇ ਲੋਕ ਸਮਝ ਜਾਂਦੇ ਹਨ ਕਿ ਇਸ ਪਰਿਵਾਰ ਦੇ ਲੋਕ ਆਸਟ੍ਰੇਲੀਆ ਰਹਿੰਦੇ ਹਨ। ਇਸੇ ਤਰ੍ਹਾਂ ਇੰਗਲੈਂਡ 'ਚ ਪੱਬ ਚਲਾਉਣ ਵਾਲੇ NRI ਗੁਰਨਾਮ ਚੰਦ ਨੇ ਆਪਣੇ ਘਰ ਦੀ ਛੱਤ 'ਤੇ ਸ਼ੇਰ ਬਣਵਾਇਆ ਹੈ। ਪੁੱਛਣ 'ਤੇ ਘਰ ਦੇ ਲੋਕ ਦੱਸਦੇ ਹਨ ਕਿ ਲੰਡਨ 'ਚ ਗੁਰਨਾਮ ਦੇ ਪੱਬ 'ਚ ਸ਼ੇਰ ਦੀ ਤਸਵੀਰ ਬਣੀ ਹੋਈ ਹੈ ਅਤੇ ਉਸਦੇ ਹੇਠਾਂ ਰੈੱਡ ਲਾਇਨ ਲਿਖਿਆ ਹੋਇਆ ਹੈ। ਇਸ ਪਛਾਣ ਨੂੰ ਗੁਰਨਾਮ ਨੇ ਆਪਣੇ ਪਿੰਡ 'ਚ ਵੀ ਜਿਉਂਦਾ ਰੱਖਿਆ। ਘਰ ਦੀ ਛੱਤ 'ਤੇ ਉਹ ਜਿਹਾ ਹੀ ਸ਼ੇਰ ਬਣਵਾ ਕੇ ਹੇਠਾਂ ਰੈੱਡ ਲਾਇਨ ਲਿਖਾਇਆ ਹੈ। ਮੇਰਾ ਨਾਮ ਬਿਮਲਾ ਹੈ ਜੀ। ਅੱਛਾ, ਤੁਸੀਂ ਨਾ ਆਪਣੇ ਕੀ ਬਣਾਇਆ ਹੋਇਆ ਛੱਤ ਦੇ ਉੱਤੇ? ਅਸੀਂ ਜਿੱਦਾਂ ਸ਼ੇਰ ਬਣਾਇਆ। ਕਿਉਂ, ਕੀ ਮਤਲਬ ਕੀ ਸੋਚ ਕੇ? ਇੰਗਲੈਂਡ ਵਿੱਚ ਸੀਗੇ ਜਿੱਦਾਂ ਮੇਰੇ ਮਾਮਾ ਜੀ ਆ, ਉਹਦਾ ਉੱਥੇ ਪੱਬ ਸੀਗਾ ਇੰਗਲੈਂਡ ਵਿੱਚ, ਅਤੇ ਪੱਬ ਸੀਗਾ ਉਹਦੇ ਜਿੱਦਾਂ ਉੱਪਰ ਸ਼ੇਰ ਸੀਗੇ, ਜਿੱਦਾਂ ਉਹਨੇ ਆਪਣਾ ਘਰ ਇੱਥੇ ਉਸ ਜਗ੍ਹਾ ਜਿੱਦਾਂ ਉਸ ਪੱਬ ਵਰਗਾ ਘਰ ਬਣਾਇਆ, ਅਤੇ ਉਹ ਰੈੱਡ ਲਾਈਨ ਲਿਖਾਇਆ ਘਰ ਦੇ ਉੱਪਰ, ਜਿੱਦਾਂ ਜਗ੍ਹਾ ਜਗ੍ਹਾ ਲਿਖਾਇਆ, ਇੱਥੇ ਲਿਖਾਇਆ, ਫਿਰ ਇੱਧਰ ਉੱਪਰ ਵੀ ਲਿਖਾਇਆ। ਸ਼ੁਰੂ ਸ਼ੁਰੂ 'ਚ ਸਫੇਦ ਕੁੜਤਾ ਅਤੇ ਸਮਾਂ ਵਾਲੀ ਡਾਂਗ ਹੀ ਪੰਜਾਬੀਆਂ ਦਾ ਰੂਪ ਦਿਖਾਉਣ ਲਈ ਕਾਫੀ ਹੁੰਦੀ ਸੀ, ਪਰ ਜਿਵੇਂ ਜਿਵੇਂ ਸਮਾਂ ਬਦਲਿਆ ਪੰਜਾਬੀਆਂ ਦੇ ਸ਼ੌਂਕ ਵੀ ਅਪਡੇਟ ਹੋ ਗਏ। ਜਲੰਧਰ ਦੇ ਪਿੰਡ ਉਪਲਾਂ 'ਚ ਲੋਕਾਂ ਦੀ ਪਛਾਣ ਹੁਣ ਉਹਨਾਂ ਦੇ ਘਰ ਦੀ ਛੱਤ 'ਤੇ ਬਣਾਈਆਂ ਗਈਆਂ ਅਜੀਬੋ ਗਰੀਬ ਚੀਜ਼ਾਂ ਤੋਂ ਹੀ ਹੁੰਦੀ ਹੈ।